NSA ਲੱਗਣ ਤੋਂ ਬਾਅਦ ਕੀ ਇਲੈਕਸ਼ਨ ਲੜਿਆ ਜਾਂਦਾ? ਕਾਨੂੰਨ ਦੀਆਂ ਕਿਤਾਬਾਂ ਕੀ ਕਹਿੰਦੀਆਂ ਨੇ ਕਿ ਇਸ ਤਰੀਕੇ ਨਾਲ ਇਲੈਕਸ਼ਨ ਜਿਹੜਾ ਉਹ ਲੜਿਆ ਜਾ ਸਕਦਾ? ਇਸ ਤਰ੍ਹਾਂ ਕਦੀ ਹੋਇਆ ਨਹੀਂ ਹੈ ਕਿ ਜਿਹੜੇ ਬੰਦੇ ਜੇਲ੍ਹ 'ਚ ਬੰਦ ਹੋਣ। ਵੱਖਰੀ ਗੱਲ ਹੈ ਕਿ ਅੰਮ੍ਰਿਤਪਾਲ ਦੇ ਉੱਤੇ 5 ਕੇਸ ਦਰਜ ਹੈਗੇ ਨੇ ਜਿਹਦੇ 'ਚ ਹਾਲੇ ਕਿ ਪੰਜਾਬ ਪੁਲਿਸ ਨੇ ਉਹਦੀ ਅਰੈਸਟ ਨਹੀਂ ਪਾਈ, ਕਿਉਂਕਿ ਵੋਟਿੰਗ ਰਾਈਟਸ ਵੀ ਨਹੀਂ ਹੈ ਜਿਹੜਾ ਬੰਦਾ ਜੇਲ੍ਹ 'ਚ ਹੁੰਦਾ, ਉਹਨੂੰ ਵੋਟਿੰਗ ਰਾਈਟ ਵੀ ਨਹੀਂ ਹੈਗਾ ਵੀ ਜੇਲ੍ਹ 'ਚ ਹੋਵੇ ਤਾਂ ਆਪਣੇ ਰਿਹਾਈ ਤੋਂ 6 ਸਾਲ ਤੱਕ ਇਲੈਕਸ਼ਨ ਨਹੀਂ ਲੜ ਸਕਦਾ। ਇਲੀਗਲੀ ਤਾਂ ਕੰਮ ਚੱਲਦੇ ਰਹਿੰਦੇ ਨੇ, ਲੋਕ ਜੇਲ੍ਹਾਂ 'ਚ ਬੈਠੇ ਸਾਨੂੰ ਵੀ ਕਲਾਇੰਟਸ ਫੋਨ ਕਰਦੇ ਨੇ, ਆਪਣੇ ਵਕੀਲਾਂ ਤੋਂ ਤਰੀਕਾਂ ਪੁੱਛਦੇ ਨੇ। ਇਲੀਗਲੀ ਜੋ ਮਰਜ਼ੀ ਕੋਈ ਕਰਦੇ ਨਾ, ਲਾਅ 'ਚ ਪ੍ਰੋਵੀਜ਼ਨ ਇਹ ਹੈ ਨਹੀਂ ਹੈ। ਠੀਕ ਹੈ। ਇਲੈਕਸ਼ਨ ਪਹਿਲਾਂ ਵੀ ਜੇਲ੍ਹਾਂ 'ਚੋਂ ਲੜੇ ਗਏ ਨੇ, ਪਹਿਲਾਂ ਵੀ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਜੇਲ੍ਹ ਤੋਂ ਇਲੈਕਸ਼ਨ ਲੜੇ, ਜਿੱਤੇ ਵੀ ਨੇ, ਲੇਕਿਨ NSA ਲੱਗਣ ਤੋਂ ਬਾਅਦ ਕੀ ਇਲੈਕਸ਼ਨ ਲੜਿਆ ਜਾਂਦਾ? ਕਾਨੂੰਨ ਦੀਆਂ ਕਿਤਾਬਾਂ ਕੀ ਕਹਿੰਦੀਆਂ ਨੇ ਕਿ ਇਸ ਤਰੀਕੇ ਨਾਲ ਇਲੈਕਸ਼ਨ ਜਿਹੜਾ ਉਹ ਲੜਿਆ ਜਾ ਸਕਦਾ? ਇਸ ਤਰ੍ਹਾਂ ਪੰਕਜ ਜੀ, ਕਿ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਵਿੱਚ ਲਿਖਿਆ ਹੋਇਆ ਸੈਕਸ਼ਨ 8 ਦੇ ਵਿੱਚ ਕਿ ਜੇ ਕਿਸੇ ਸ਼ਖਸ ਨੂੰ ਸਜ਼ਾ ਹੋ ਜਾਏ ਐਂਡ ਉਹ ਸਜ਼ਾ 2 ਸਾਲ ਤੋਂ ਘੱਟ ਨਾ ਹੋਵੇ ਤਾਂ ਆਪਣੇ ਰਿਹਾਈ ਤੋਂ 6 ਸਾਲ ਤੱਕ ਇਲੈਕਸ਼ਨ ਨਹੀਂ ਲੜ ਸਕਦਾ। ਸੋ ਉਸ ਤੋਂ ਬੜਾ ਸਾਫ਼ ਜ਼ਾਹਿਰ ਹੈ ਕਿ ਇੱਕ ਤਾਂ ਬੰਦੇ ਨੂੰ ਸਜ਼ਾ ਹੋਈ ਹੋਣੀ ਚਾਹੀਦੀ ਹੈ ਐਂਡ ਜੇ ਉਹ ਸਜ਼ਾ 2 ਸਾਲ ਤੋਂ ਉੱਤੇ ਹੈਗੀ ਹੈ ਤਾਂ ਆਪਣੀ ਰਿਹਾਈ ਤੋਂ 6 ਸਾਲ ਤੱਕ ਉਹ ਇਲੈਕਸ਼ਨ ਨਹੀਂ ਲੜ ਸਕਦਾ। ਐਂਡ ਤੁਸੀਂ ਦੇਖਿਆ ਹੋਏਗਾ ਨਵਜੋਤ ਸਿੱਧੂ ਹੋਰਾਂ ਦੇ ਕੇਸ 'ਚ ਵੀ ਕਨਵਿਕਸ਼ਨ ਸਟੇਅ ਕੀਤੀ ਸੁਪਰੀਮ ਕੋਰਟ ਨੇ ਅਤੇ ਇਲੈਕਸ਼ਨ ਲੜੇ। ਹੁਣ ਰਾਹੁਲ ਗਾਂਧੀ ਦੇ ਕੇਸ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ। ਪਰ ਨੈਸ਼ਨਲ ਸਿਕਿਉਰਿਟੀ ਐਕਟ ਨਾ ਤਾਂ ਸਜ਼ਾ ਗਿਣੀ ਜਾਂਦੀ ਹੈ, ਇਹ ਜਿਹੜੀ ਹੈਗੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਹੈ ਕਿ ਇੱਕ ਬੰਦਾ ਤੁਸੀਂ ਜੇਲ੍ਹ ਵਿੱਚ ਕਰ ਦਿੱਤਾ ਵੀ ਸਾਨੂੰ ਡਰ ਹੈ ਕਿ ਕਿਧਰੇ ਉਹ ਕੋਈ ਗੈਰ ਕਾਨੂੰਨੀ ਹਰਕਤ ਨਾ ਕਰੇ। ਇਹ ਵੱਖਰੀ ਗੱਲ ਹੈ ਕਿ ਅੰਮ੍ਰਿਤਪਾਲ ਦੇ ਉੱਤੇ 5 ਕੇਸ ਦਰਜ ਹੈਗੇ ਨੇ ਜਿਹਦੇ 'ਚ ਹਾਲੇ ਕਿ ਪੰਜਾਬ ਪੁਲਿਸ ਨੇ ਉਹਦੀ ਅਰੈਸਟ ਨਹੀਂ ਪਾਈ, ਪਰ ਕਿਸੇ ਵੀ ਕੇਸ 'ਚ ਉਹ ਸਜ਼ਾ ਯਾਫਤਾ ਨਹੀਂ ਹੈ। ਸੋ ਇਸ ਕਰਕੇ ਉਹਨੂੰ ਕੋਈ ਹੈਂਡੀਕੈਪ ਨਹੀਂ ਹੈਗਾ, ਉਹ ਇਲੈਕਸ਼ਨ ਲੜ ਸਕਦਾ ਐਂਡ ਕਾਨੂੰਨ ਵਿੱਚ ਕੋਈ ਵੀ ਇਹਦੀ ਉਲੰਘਣਾ ਨਹੀਂ ਹੈ ਅਤੇ ਨਾ ਹੀ ਜਿਹੜਾ ਹੈਗਾ ਕੋਈ ਰੁਕਾਵਟ ਹੈਗੀ। ਇਹ ਸਵਾਲ ਇਸ ਕਰਕੇ ਵੀ ਬਣਦਾ ਸੀ ਜਿਸ ਦੇ ਉੱਤੇ ਲੱਗਾ ਹੋਵੇ ਕਿ ਪੰਜਾਬ ਦੇ ਲਈ ਖਤਰਾ ਹੈ, ਪੰਜਾਬ ਨੂੰ ਤੋੜਨ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਮਿਲਿਆ ਹੋਇਆ, ਪੰਜਾਬ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਪੰਜਾਬ ਪੁਲਿਸ ਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਲਗਾਏ ਅੰਮ੍ਰਿਤਪਾਲ ਹੋਰਾਂ ਦੇ ਉੱਤੇ, 5 ਮੁਕੱਦਮੇ ਦਰਜ ਕਰ ਦਿੱਤੇ, ਅਜਨਾਲਾ ਪੁਲਿਸ ਸਟੇਸ਼ਨ ਅਸੀਂ ਦੇਖਿਆ ਕਿ ਕੁਛ ਹੋਇਆ, ਉਸ ਦੇ ਬਾਵਜੂਦ ਇਹ ਇਲੈਕਸ਼ਨ ਲੜਨ ਦੇ ਲਈ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਜਿਹੜਾ ਲੜਿਆ ਜਾ ਸਕਦਾ? ਬਿਲਕੁਲ ਜੀ, ਕਾਨੂੰਨ ਵਿੱਚ ਕਿਧਰੇ ਰੁਕਾਵਟ ਨਹੀਂ ਹੈ, ਜਾਂ ਤਾਂ ਕਾਨੂੰਨ 'ਚ ਲਿਖਿਆ ਹੁੰਦਾ ਵੀ ਜੇ ਕੋਈ ਨੈਸ਼ਨਲ ਸਿਕਿਉਰਿਟੀ ਐਕਟ 'ਚ ਅੰਦਰ ਹੈਗਾ ਤੇ ਉਹਨੂੰ ਇਲੈਕਸ਼ਨ ਨਹੀਂ ਲੜਨ ਦੇਓਗੇ, ਉਹ ਕਿਧਰੇ ਲਿਖਿਆ ਨਹੀਂ ਹੋਇਆ। ਸੋ ਕੋਈ ਉਹਦੇ 'ਚ ਕੋਈ ਹੈਂਡੀਕੈਪ ਹੈ ਹੀ ਨਹੀਂ, ਕੋਈ ਬਾਰ ਹੈ ਨਹੀਂ, ਸੋ ਇਲੈਕਸ਼ਨ ਉਹ ਲੜ ਸਕਦਾ। ਦੂਸਰਾ ਵੀ ਕਿ ਇਲੈਕਸ਼ਨ ਲੜ ਕੇ ਪਹਿਲਾਂ ਵੀ ਜਿੱਤੇ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਰਹੇ, ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ, ਅਜੇ ਤੱਕ NSA 'ਤੇ ਚੈਲੇਂਜ ਨਹੀਂ ਕੀਤਾ ਅੰਮ੍ਰਿਤਪਾਲ ਹੋਰਾਂ ਨੇ। ਜੇਕਰ ਇਲੈਕਸ਼ਨ ਕੱਲ੍ਹ ਨੂੰ ਜਿੱਤ ਜਾਂਦੇ ਨੇ ਤਾਂ ਕੀ ਚੈਲੇਂਜ ਵੀ ਕੀਤਾ ਜਾਏਗਾ NSA ਨੂੰ ਲੈ ਕੇ? ਇਸ ਕਰਕੇ ਵੀ ਇਲੈਕਸ਼ਨ ਲੜਨ ਦਾ ਇੱਕ ਮੋਟਿਵ ਹੋ ਸਕਦਾ, ਜਾਂ ਇਲੈਕਸ਼ਨ ਲੜਨ ਦਾ ਮੋਟਿਵ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਦੇਖੋ, ਕੋਈ ਸ਼ਖਸ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਬਣ ਜਾਂਦਾ ਸਪੋਜ਼ ਇਲੈਕਸ਼ਨ ਲੜ ਕੇ, ਹੁਣ ਜਿਵੇਂ ਮੈਨੂੰ ਯਾਦ ਹੈ ਕਿ ਅਤਿੰਦਰਪਾਲ ਹੋਰੀ ਮੈਂਬਰ ਪਾਰਲੀਮੈਂਟ ਸੀਗੇ, ਪਰ ਉਹਨਾਂ ਨੂੰ ਓਥ ਦਵਾਉਣ ਲਈ ਪਾਰਲੀਮੈਂਟ ਵਿੱਚ ਲੈ ਕੇ ਨਹੀਂ ਸੀ ਆਇਆ ਗਿਆ। ਮੈਂ ਪਾਰਲੀਮੈਂਟ 'ਚ ਹਾਜ਼ਰ ਸੀ ਉਦੋਂ ਅਤੇ ਉਹਨਾਂ ਨੇ ਓਥ ਲੈਣੀ ਸੀ ਅਤੇ ਹੀ ਵਾਜ਼ ਨੋਟ ਬਰੋਟ ਈਵਨ ਫੋਰ ਟੇਕਿੰਗ ਓਥ। ਸੋ ਇਹ ਕੋਈ ਗਰੰਟੀ ਨਹੀਂ ਹੈ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੁਹਾਡੀ ਰਿਹਾਈ ਹੋ ਜਾਣੀ। ਉਹਨੂੰ ਓਥ ਲੈਣ ਲਈ ਵੀ ਨਹੀਂ ਭੇਜਿਆ ਸੀ ਉਹਨਾਂ ਨੇ, ਕਈ ਮਹੀਨਿਆਂ ਬਾਅਦ ਉਹਦੀ ਓਥ ਲਿੱਤੀ ਗਈ। ਸੋ ਇਹ ਕੋਈ ਕਿਧਰੇ ਨਹੀਂ ਲਿਖਿਆ ਹੋਇਆ, ਉਹ ਮਰਜ਼ੀ ਹੈ
ਰੂਲਸ ਆਫ ਦਾ ਹਾਊਸ ਹੋਣਗੇ। ਸੋ ਇਹ ਕਿਧਰੇ ਲਾਅ 'ਚ ਨਹੀਂ ਲਿਖਿਆ ਵੀ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜਾਏ ਤੇ ਉਹ ਕੱਲ ਨੂੰ ਕਹੇਗਾ ਜੀ ਮੈਂ ਕ੍ਰਿਮੀਨਲ ਕਹੇਗਾ ਜੀ ਕਿ ਜਿਹੜਾ ਕਨਵਿਕਟਿਡ ਕ੍ਰਿਮੀਨਲ ਹੈ ਕਿ ਮੈਂ ਤਾਂ ਪਾਰਲੀਮੈਂਟ ਵੀ ਅਟੈਂਡ ਕਰਨੀ ਹੈ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੋ ਪਹਿਲੀ ਗੱਲ ਤਾਂ ਇਹ ਚੀਜ਼ਾਂ ਰੈਲੇਵੈਂਟ ਨਹੀਂ ਹੈ, ਨੈਸ਼ਨਲ ਸਿਕਿਉਰਿਟੀ ਐਕਟ ਕੋਈ ਬਾਰ ਨਹੀਂ ਹੈ। ਦੂਸਰੀ ਗੱਲ, ਜੇ ਕਨਵਿਕਟਿਡ ਹੋਵੇ 2 ਸਾਲ ਤੋਂ ਜ਼ਿਆਦਾ ਹੋਵੇ ਤਾਂ 6 ਸਾਲ ਤੱਕ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਜਾਂ ਉਹਨੂੰ ਸਟੇ ਕੋਰਟਸ ਦੇ ਰਾਹੀਂ ਕਰਾਈ ਜਾਵੇ। ਸੋ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਹੀ ਕੈਨ ਫਾਈਟ ਇਲੈਕਸ਼ਨ। ਬਾਕੀ ਜੇ ਜਿੱਤ ਜਾਏਗਾ ਤੇ ਫਿਰ ਇਹ ਫਿਰ ਸਰਕਾਰਾਂ ਦੀ ਮਰਜ਼ੀ ਹੈ, ਹਾਊਸ ਦੀ ਮਰਜ਼ੀ ਹੈ, ਸਪੀਕਰ ਦੀ ਮਰਜ਼ੀ ਹੈ। ਸਪੀਕਰ ਕੈਨ ਰਿਲੈਕਸ ਦਾ ਰੂਲਸ, ਕੱਲ ਨੂੰ ਕਹਿਣ ਜੀ ਕਿ ਓਥ ਲੈਣ ਆ ਜਾਣ। ਬਟ ਮੈਂ ਇਸ ਤਰ੍ਹਾਂ ਦਾ ਕੋਈ ਅਸੀਂ ਕੇਸ ਨਹੀਂ ਸੁਣਿਆ ਵੀ ਇੱਕ ਬੰਦਾ ਜੇਲ੍ਹ 'ਚ ਹੋਵੇ। ਹੁਣ ਸਰਕਾਰ ਚਲਾਉਣ ਲਈ ਤਾਂ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਅਰਵਿੰਦ ਕੇਜਰੀਵਾਲ ਨੂੰ। ਦੂਸਰਾ ਵੀ ਕਿ ਪਹਿਲਾਂ ਕੋਈ ਅਜਿਹਾ ਸ਼ਖਸ ਹੈ ਜਿਸ ਦੇ ਉੱਤੇ NSA ਲੱਗੀ ਹੋਵੇ ਔਰ ਉਸਨੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੋਵੇ ਜਾਂ ਜਿੱਤੀ ਹੋਵੇ, ਕੋਈ ਪਹਿਲਾਂ ਇਤਿਹਾਸ 'ਚ ਕਦੀ ਅਜਿਹੀ ਗੱਲ ਹੋਈ? ਦੇਖੋ, ਇਸ ਤਰ੍ਹਾਂ ਹੈ ਕਿ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਬੜੇ ਕੇਸ ਲੜੇ ਨੇ 90 ਦੇ ਦਹਾਕੇ ਵਿੱਚ, ਅਤੇ ਹੁਣ ਵੀ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੈਗਾ ਚੈਲੰਜ ਕੀਤਾ ਸੀ ਕੁਛ ਬੰਦਿਆਂ ਵੱਲੋਂ, ਅਤੇ ਮੈਂ ਜਿਹੜਾ ਕਾਨੂੰਨ ਪੜਿਆ ਉਹਦੇ ਵਿੱਚ ਕਿਧਰੇ ਕੋਈ ਬਾਰ ਨਹੀਂ ਹੈਗੀ। ਐਂਡ ਜਿਹੜਾ ਹੈਗਾ ਪਹਿਲੇ ਇਹ ਹੋਇਆ, ਹੁਣ ਦੇਖੋ ਸਿਮਰਜੀਤ ਸਿੰਘ ਮਾਨ ਅੰਦਰ ਸੀਗੇ, ਅਤਿੰਦਰਪਾਲ ਦੋਨੋਂ ਅੰਦਰ ਸੀ, ਦੋਨੋਂ ਜੇਲ੍ਹ 'ਚ ਬੈਠਿਆ ਹੋਇਆ ਜਿੱਤੇ ਨੇ, ਪਰ ਮੈਨੂੰ ਇਹ ਵੀ ਯਾਦ ਨਹੀਂ ਵੀ ਉਹਨਾਂ 'ਤੇ ਕ੍ਰਿਮੀਨਲ ਕੇਸ ਸੀਗਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਸੀਗਾ। ਬਟ ਐਨੀਵੇ ਜਿਹੜਾ ਹੈਗਾ ਕਿਧਰੇ ਕੋਈ ਬਾਰ ਨਹੀਂ ਹੈ। ਸੈਕਸ਼ਨ 8 ਸਿਰਫ ਕਹਿੰਦਾ ਵੀ ਜੇ ਸਜ਼ਾ ਹੋਵੇ, ਐਂਡ ਇਹ ਤਾਂ ਪ੍ਰੀਵੈਂਟਿਵ ਡਿਟੈਂਸ਼ਨ ਹੈ, ਬੰਦੇ ਨੂੰ ਅੰਦਰ ਕੀਤਾ ਵੀ ਇਹਨੇ ਜੁਰਮ ਨਾ ਕੋਈ ਕਰੇ, ਅਤੇ ਉਸ ਕਰਕੇ ਹੈਗਾ ਜਿਹਦੀ ਸਾਲ ਬਾਅਦ ਮਿਆਦ ਪੂਰੀ ਹੋ ਜਾਂਦੀ। ਹੁਣ 1 ਸਾਲ ਦੀ ਮਿਆਦ ਪੂਰੀ ਹੋ ਗਈ ਹੈ, ਦੂਸਰਾ ਨਵਾਂ ਜਿਹੜਾ ਹੈਗਾ ਆਰਡਰ ਪਾਸ ਕਰ ਦਿੱਤਾ ਗਿਆ, ਕਿੰਨੀ ਦੇਰ ਹੋ ਰਹਿੰਦਾ। ਐਂਡ ਉਹ ਚੈਲੰਜ ਵੀ ਕਰੇਗਾ, ਅਦਾਲਤ ਦੇ ਵੀ ਦਿਮਾਗ 'ਤੇ ਕੋਈ ਅਸਰ ਨਹੀਂ ਹੈ। ਹਾਂ, ਐਟ ਬੈਕ ਆਫ ਦਾ ਮਾਇੰਡ ਜਿਹੜਾ ਹੈਗਾ ਜਿਹੜੇ ਜੋ ਜੱਜ ਸਾਹਿਬ ਕੇਸ ਨੂੰ ਸੁਣਨਗੇ ਕੱਲ੍ਹ ਨੂੰ, ਉਹਨਾਂ ਦੇ ਦਿਮਾਗ ਹੋਏਗਾ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਿਆ ਜੀ, ਹੁਣ ਇਹ ਤੋਂ ਕੀ ਖਤਰਾ, ਇਹਨੂੰ ਬਾਹਰ ਕੱਢ ਦਿਓ। ਇਹ ਹੋ ਸਕਦਾ, ਲੇਕਿਨ ਅਦਰਵਾਈਜ਼ ਜਿਹੜਾ ਹੈਗਾ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਵੀ ਮੈਂਬਰ ਪਾਰਲੀਮੈਂਟ ਬਣ ਗਿਆ ਤਾਂ ਉਹਨਾਂ ਨੂੰ ਬਾਹਰ ਕੱਢ ਦਿਓ। ਦੂਸਰਾ ਵੀ ਇਹ ਕਿ ਜਦੋਂ ਨੋਮੀਨੇਸ਼ਨ ਭਰਨੀ ਹੁੰਦੀ ਜੇਲ੍ਹ ਤੋਂ ਬਾਹਰ ਆਉਣਾ ਹੁੰਦਾ, ਇਸ ਜਦੋਂ NSA ਲੱਗੀ ਹੋਵੇ ਕਿ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ ਆ ਕੇ ਖਡੂਰ ਸਾਹਿਬ ਆ ਕੇ ਨੋਮੀਨੇਸ਼ਨ ਭਰਨਾ ਹੋਏਗਾ ਜਾਂ ਜੇਲ੍ਹ ਦੇ ਅੰਦਰੋਂ ਹੀ ਕੋਈ ਏਜੰਟ ਜਾਵੇ ਔਰ ਪਰਮਿਸ਼ਨ ਜੇਲ੍ਹ ਅਥਾਰਟੀ ਦੀ ਲਵੇ ਔਰ ਉੱਥੇ ਦਸਤਖਤ ਕਰਾ ਕੇ ਜਿਹੜਾ ਵਾ ਉਹ ਨੋਮੀਨੇਸ਼ਨ ਭਰ ਦਿੱਤਾ ਜਾਵੇ? ਦੇਖੋ, ਮੈਂ ਉਹ ਰੂਲਸ ਚੈੱਕ ਨਹੀਂ ਕੀਤੇ, ਇਲੈਕਸ਼ਨ ਰੂਲਸ ਕੀ ਕਹਿੰਦੇ ਵੀ ਜੇ ਬੰਦਾ ਬਿਹਾਈਂਡ ਦਾ ਬਾਰਜ਼ ਹੈ ਥਰੂ ਇਜ਼ ਏਜੰਟ ਭਰ ਸਕਦਾ ਜਾਂ ਫਾਰਮ ਅੰਦਰ ਜਾ ਕੇ ਸੁਪਰਿੰਟ ਜੇਲ੍ਹ ਅਟੈਸਟ ਕਰਕੇ ਭੇਜ ਸਕਦਾ, ਉਹਦੇ ਬਾਰੇ ਮੈਂ ਨਹੀਂ ਪੱਕਾ ਹੈਗਾ, ਨਾ ਮੈਂ ਰੂਲਸ ਨੂੰ ਸਟੱਡੀ ਕੀਤਾ। ਲੇਕਿਨ ਇਹ ਪੱਕਾ ਕਿ ਜਿਹੜੇ ਲੋਕ ਬਿਹਾਈਂਡ ਦਾ ਬਾਰਜ਼ ਹੁੰਦੇ ਨੇ ਉਹ ਇਲੈਕਸ਼ਨ ਲੜਦੇ ਰਹੇ ਨੇ, ਐਂਡ ਅੰਮ੍ਰਿਤਪਾਲ ਦੇ ਇਲੈਕਸ਼ਨ ਲੜਨ 'ਚ ਕੋਈ ਰੁਕਾਵਟ ਨਹੀਂ ਹੈ ਅਤੇ ਉਹ ਲੜੇਗਾ, ਅਤੇ ਉਹਦੇ ਕੋਲ ਵਕੀਲ ਹੈਗੇ ਨੇ, ਜੇ ਕੱਲ੍ਹ ਨੂੰ ਲੋੜ ਪਏਗੀ ਉਹ ਮੂਵ ਕਰਕੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਉੱਤੇ ਸਾਈਨ ਕਰਾ ਲੇਗਾ। ਦੂਸਰਾ ਵੀ ਇਹ ਕਿ ਜਦੋਂ NSA ਲੱਗੀ ਹੋਵੇ ਜ਼ਮਾਨਤ ਨਹੀਂ ਮਿਲਦੀ, ਲੇਕਿਨ ਜਦੋਂ ਪ੍ਰਚਾਰ ਕਰਨਾ, ਪ੍ਰਚਾਰ ਦੇ ਲਈ ਕੋਈ ਆਡੀਓ ਵੀਡੀਓ ਅੰਮ੍ਰਿਤਪਾਲ ਦੀ ਜਿਹੜੀ ਹੈ ਜਾਰੀ ਕੀਤੀ ਜਾ ਸਕਦੀ ਹੈ, ਜਾਂ ਅੰਮ੍ਰਿਤਪਾਲ ਕੋਰਟ 'ਚ ਚੈਲੰਜ ਕਰੇ ਜਾਂ ਕੋਰਟ 'ਚ ਜਾ ਸਕਦਾ ਕਿ ਮੈਂ ਇਲੈਕਸ਼ਨ ਲੜ ਰਿਹਾ, ਮੈਂ 1 ਹਫ਼ਤੇ ਲਈ ਜਾਂ 15 ਦਿਨ ਦੇ ਲਈ ਪ੍ਰਚਾਰ ਕਰਨਾ, ਮੈਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਇੱਥੇ ਕਾਨੂੰਨ ਕੀ ਕਹਿੰਦਾ? ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਡਿਪਟੀ CM ਹੈਗੇ ਦਿੱਲੀ ਦੇ, ਉਹਨਾਂ ਨੇ ਸਿਸੋਦੀਆ ਨੇ ਐਪਲੀਕੇਸ਼ਨ ਲਗਾਈ ਸੀ ਮੈਂ ਚੋਣ ਪ੍ਰਚਾਰ ਕਰਨਾ, ਫਿਰ ਉਹਨਾਂ ਨੂੰ ਵਾਪਸ ਲੈਣੀ ਪੈ ਗਈ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਤੁਹਾਡਾ ਰਾਈਟ ਥੋੜਾ ਚੋਣ ਪ੍ਰਚਾਰ ਕਰਨਾ, ਇਲੈਕਸ਼ਨ ਜਿਹੜਾ ਕਿਉਂਕਿ ਵੋਟਿੰਗ ਰਾਈਟਸ ਵੀ ਨਹੀਂ ਹੈ, ਜਿਹੜਾ ਬੰਦਾ ਜੇਲ੍ਹ 'ਚ ਹੁੰਦਾ ਉਹਨੂੰ ਵੋਟਿੰਗ ਰਾਈਟ ਵੀ ਨਹੀਂ ਹੈਗਾ ਵੀ ਜੇਲ੍ਹ 'ਚ ਹੋਵੇ ਤੇ ਵੋਟਿੰਗ ਰਾਈਟ ਉਹਦੀ ਹੋਵੇ। ਹਾਂ, ਇਲੈਕਸ਼ਨ ਲੜ ਸਕਦਾ।
ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੜ ਸਕਦਾ, ਲੇਕਿਨ ਨਾ ਤਾਂ ਕੋਈ ਆਡੀਓ ਬਾਹਰ ਆ ਸਕਦੀ, ਨਾ ਵੀਡੀਓ ਬਾਹਰ ਆ ਸਕਦੀ, ਨਾ ਖੁਦ ਫਿਜ਼ੀਕਲੀ ਜਿਹੜਾ ਵਾ ਉਹ ਬਾਹਰ ਆ ਸਕਦਾ। ਇਲੈਕਸ਼ਨ ਜੇਲ੍ਹ ਦੇ ਅੰਦਰ ਰਹਿ ਕੇ ਹੀ ਜਿਹੜਾ ਵਾ ਉਹਨਾਂ ਦੇ ਸਪੋਜ਼ ਕੋਈ ਸਰਕਾਰ ਚਾਹੇ ਹੈਨਾ ਕਿ ਅੰਮ੍ਰਿਤਪਾਲ ਕੋਈ ਮੈਸੇਜ ਭੇਜੇ ਤੇ ਪਰਮਿਟ ਕਰ ਦੇਵੇ ਤੇ ਕੌਣ ਰੋਕੇਗਾ? ਹਾਂ, ਕੋਈ ਅਦਾਲਤ ਚੈਲੰਜ ਕਰੇ ਤੇ ਹੋ ਸਕਦਾ, ਬਟ ਇਸ ਤਰ੍ਹਾਂ ਕਦੀ ਹੋਇਆ ਨਹੀਂ ਹੈ ਕਿ ਜਿਹੜੇ ਬੰਦੇ ਜੇਲ੍ਹ 'ਚ ਬੰਦ ਹੋਣ ਉਹਨਾਂ ਦੀਆਂ ਜੀ ਕੋਈ ਮੈਸੇਜਿਸ ਉੱਥੋਂ ਆਉਣ। ਇਹ ਹੋ ਸਕਦਾ ਚਿੱਠੀਆਂ ਤਾਂ ਆ ਜਾਂਦੀਆਂ ਕਈ ਵਾਰ, ਚਿੱਠੀਆਂ ਤਾਂ ਦੇਖੋ ਚਿੱਠੀਆਂ ਵੀ ਗੈਰ ਕਾਨੂੰਨੀ ਹੁੰਦੀਆਂ ਨੇ। ਚਿੱਠੀ ਕੋਈ ਵੀ ਤੁਸੀਂ ਜਿਹੜਾ ਰਾਈਟਿੰਗ ਮਟੀਰੀਅਲ ਜਿਹੜਾ ਹੈਗਾ ਉਹ ਵਿਦਾਊਟ ਵੈਰੀਫਿਕੇਸ਼ਨ ਦਾ ਸੁਪਰੀਮ ਜੇਲ੍ਹ ਨਹੀਂ ਭੇਜ ਸਕਦੇ, ਲੇਕਿਨ ਲੋਕੀ ਗੈਰ ਕਾਨੂੰਨੀ ਤਰੀਕੇ ਨਾਲ ਭੇਜਦੇ ਨੇ, ਉਹ ਹੋ ਸਕਦਾ ਫਿਜ਼ੀਕਲੀ ਤੌਰ ਤੇ ਕੋਰਟ 'ਚ ਚੈਲੰਜ ਕਰਕੇ ਐਨਐਸਏ ਜਿਹੜਾ ਲੀਗਲੀ ਨਹੀਂ ਹੋ ਸਕਦਾ ਹੈਨਾ। ਇਲੀਗਲੀ ਤਾਂ ਕੰਮ ਚੱਲਦੇ ਰਹਿੰਦੇ ਨੇ, ਲੋਕੀ ਜੇਲ੍ਹਾਂ 'ਚ ਬੈਠੇ ਸਾਨੂੰ ਵੀ ਕਲਾਇੰਟਸ ਫੋਨ ਕਰਦੇ ਨੇ, ਆਪਣੇ ਵਕੀਲਾਂ ਤੋਂ ਤਰੀਕਾਂ ਪੁੱਛਦੇ ਨੇ, ਕੁਛ ਤਾਂ ਕੋਰਟ ਕੁਛ ਤਾਂ ਜੇਲ੍ਹਾਂ ਵਿੱਚ ਉਹਨਾਂ ਨੂੰ ਫੋਨ ਪ੍ਰੋਵਾਈਡ ਕੀਤੇ ਗਏ ਨੇ ਕਿ ਤੁਸੀਂ ਆਪਣਾ ਵਕੀਲ ਨਾਲ ਗੱਲ ਕਰ ਸਕਦੇ ਹੋ, ਕੁਛ ਇਲੀਗਲੀ ਵੀ ਕਾਲ ਕਰਦੇ ਨੇ। ਸੋ ਇਲੀਗਲੀ ਜੋ ਮਰਜ਼ੀ ਕੋਈ ਕਰਦੇ ਨਾ, ਲਾਅ 'ਚ ਪ੍ਰੋਵੀਜ਼ਨ ਇਹ ਹੈ ਨਹੀਂ ਹੈ। ਠੀਕ ਹੈ, ਧੰਨਵਾਦ। ਤਾਂ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜ ਸਕਦਾ ਕਾਨੂੰਨ 'ਚ ਕਿਤੇ ਵੀ, ਕਹਿੰਦੇ ਕਿ ਜਿਹੜੇ ਕਾਨੂੰਨ ਦੇ ਮਾਹਰ ਨੇ, ਐਕਸਪਰਟ ਨੇ, ਜੋ ਕਿਤਾਬਾਂ ਕਹਿੰਦੀਆਂ ਨੇ, ਜੋ ਅਦਾਲਤਾਂ ਕਹਿੰਦੀਆਂ ਜਾਂ ਅਦਾਲਤਾਂ ਦੇ ਫੈਸਲੇ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਜੇਕਰ ਐਨਐਸਏ ਲੱਗਾ, ਇਲੈਕਸ਼ਨ ਲੜਨਾ ਚਾਹੇ ਤਾਂ ਇਲੈਕਸ਼ਨ ਲੜੀ ਜਾ ਸਕਦੀ, ਰੁਕਾਵਟ ਨਹੀਂ ਹੈ। ਲੇਕਿਨ ਫਿਜ਼ੀਕਲੀ ਤੌਰ 'ਤੇ ਜਾਂ ਆਡੀਓ ਦੇ ਤੌਰ 'ਤੇ ਕੋਈ ਵੀ ਜਿਹੜਾ ਵਾ ਪ੍ਰਚਾਰ ਅੰਮ੍ਰਿਤਪਾਲ ਸਿੰਘ ਨਹੀਂ ਕਰ ਸਕਦਾ, ਉਹਨਾਂ ਦੇ ਜਿਹੜਾ ਸਮਰਥਕ ਨੇ ਉਹ ਪ੍ਰਚਾਰ ਜ਼ਰੂਰ ਕਰ ਸਕਦੇ।